ਅਸੀਂ ਕਹੋ ਜੀ ਕੀ ਨਾਮ ਹੈ ਜੀ ਮਨਪ੍ਰੀਤ ਸਿੰਘ ਕਿੱਥੋਂ ਆਏ ਮੈਂ ਉਤਾਰਾ ਤੋਂ ਜੀ ਸਮਰਾਲਾ ਤੋਂ ਇਹ ਬਹੁਤ ਹੀ ਦਿੱਕਤ ਤੁਹਾਨੂੰ ਕਦੋਂ ਤੋਂ ਸੀਗੀ ਮੈਨੂੰ ਬਹੁਤ ਹੀ ਦਿੱਕਤ ਦੀ 2015 ਤੋਂ ਸੀਗੀ ਅੱਛਾ ਜੀ ਹਾਂਜੀ ਫਸਟ ਟਾਈਮ ਜਦੋਂ ਮੈਂ ਪਟਿਆਲਾ ਬੀਐਡ ਕਰ ਰਿਹਾ ਸੀਗਾ ਉਸ ਟਾਈਮ ਮੈਨੂੰ ਪਤਾ ਚੱਲਿਆ ਅੱਛਾ ਜੀ ਬਟ ਮੈਂ ਅੱਗੇ ਇਸ ਵੱਲ ਇੰਨਾ ਜ਼ਿਆਦਾ ਧਿਆਨ ਦੇ ਦਿੱਤਾ ਅੱਛਾ ਅੱਛਾ ਜੀ ਅਤੇ ਹੌਲੀ ਹੌਲੀ ਅੱਗੇ ਜਾ ਕੇ ਮਤਲਬ ਇੱਦਾਂ ਲੱਗਿਆ ਅਤੇ ਕੀ ਪਰੇਸ਼ਾਨੀ ਕੀ ਆਉਂਦੀ ਸੀ ਤੁਹਾਨੂੰ ਮੈਨੂੰ ਫਸਟ ਟਾਈਮ ਆ ਤਾਂ ਖੂਨ ਆਇਆ ਸੀ ਨਾ ਖੂਨ ਆਉਂਦਾ ਸੀ ਹਾਂਜੀ ਅੱਛਾ ਜੀ ਹੋਰ ਬਟ ਫਿਰ ਇਹ ਆਪਣੇ ਆਪ ਕੁਛ ਕੁ ਟਾਈਮ ਬਾਅਦ ਸਹੀ ਹੋ ਗਿਆ ਅੱਛਾ ਜੀ ਅਤੇ ਦੋ ਤਿੰਨ ਸਾਲ ਮੈਨੂੰ ਕੁਛ ਪਤਾ ਹੀ ਲੱਗਿਆ ਉਸ ਤੋਂ ਬਾਅਦ ਫਿਰ ਮਤਲਬ ਕਿ ਮੇਰੇ ਦਰਦ ਰਹਿਣਾ ਸ਼ੁਰੂ ਹੋ ਗਿਆ ਦਰਦ ਰਹਿਣੀ ਸ਼ੁਰੂ ਹਾਂਜੀ ਇਸ ਤੋਂ ਪਹਿਲਾਂ ਵੀ ਤੁਸੀਂ ਕੋਈ ਇਲਾਜ ਕਰਾਇਆ ਇਸ ਬਿਮਾਰੀ ਦਾ ਹਾਂਜੀ ਇੱਕ ਤਾਂ ਟੀਕਾ ਜ਼ਰੂਰ ਲਗਵਾਇਆ ਸੀ ਜਦ ਤੁਸੀਂ ਟੀਕੇ ਲਗਵਾਏ ਸੀਗੇ ਕਿੱਥੇ ਲਗਵਾਏ ਸੀ ਟੀਕੇ ਉਹ ਲਗਵਾਇਆ ਸੀ ਇੱਕ ਅੱਗੇ ਉਸ ਤੋਂ ਬਾਅਦ ਤੁਹਾਨੂੰ ਕੋਈ ਫਾਇਦਾ ਹੋਇਆ ਨਹੀਂ ਉਸ ਨਾਲ ਮੇਰਾ ਜ਼ਿਆਦਾ ਮਤਲਬ ਬਿਮਾਰੀ ਤਾਂ ਵੱਧ ਗਈ ਹਾਂਜੀ ਵੱਧ ਗਈ ਟੀਕੇ ਲਗਵਾਉਣ ਨਾਲ ਬਿਮਾਰੀ ਵੱਧ ਗਈ ਹਾਂਜੀ ਫਿਰ ਇਹ ਰਾਮ ਹਸਪਤਾਲ ਨੂੰ ਕਿਵੇਂ ਪਤਾ ਲੱਗਿਆ ਸਾਡੇ ਪਿੰਡ ਤੋਂ ਸੀਗੇ ਜੀ ਹਰਜੀਤ ਸਿੰਘ ਜੀ ਅੱਛਾ ਜੀ ਬਾਬਾ ਜੀ ਲੱਗਦੇ ਨੇ ਅੱਛਾ ਜੀ ਤੇ ਉਹਨਾਂ ਨੇ ਇੱਕ ਆਪਰੇਸ਼ਨ ਕਰਵਾਇਆ ਸੀਗਾ ਉਹਨਾਂ ਨੇ ਸਾਰਾ ਦੱਸਿਆ ਵੀ ਉੱਥੇ ਇੱਦਾਂ ਦਾ ਆਪਰੇਸ਼ਨ ਹੁੰਦਾ ਸਟਾਫ ਵਧੀਆ ਸਾਰਾ ਕੁਛ ਤੇ ਫਿਰ ਉਹਨਾਂ ਨੇ ਮੇਰੇ ਡੈਡੀ ਡੈਡੀ ਜੀ ਨੇ ਸੰਪਰਕ ਕੀਤਾ ਉਹਨਾਂ ਨਾਲ ਤੇ ਫਿਰ ਡੈਡੀ ਜੀ ਨੂੰ ਅੱਛਾ ਉਹਨਾਂ ਨੇ ਦੱਸਿਆ ਤੁਹਾਨੂੰ ਇੱਥੇ ਵੀ ਵਧੀਆ ਕੰਮ ਹੁੰਦਾ ਤੁਸੀਂ ਰਾਣਾ ਹਾਂਜੀ ਉਹਨਾਂ ਨੇ ਤੁਹਾਨੂੰ ਭੇਜਿਆ ਹਾਂਜੀ ਠੀਕ ਹੈ ਤੁਸੀਂ ਇੱਥੇ ਆਏ ਤੁਸੀਂ ਆਪਣਾ ਇਲਾਜ ਕਰਾਇਆ ਡਾਕਟਰ ਨੂੰ ਮਿਲੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਮਾਹੌਲ ਇੱਥੇ ਦਾ ਹਾਂਜੀ ਬਹੁਤ ਵਧੀਆ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆਈ ਹੋਵੇ ਸਟਾਫ ਨੂੰ ਜਾਂ ਹਸਪੀਟਲ ਨੂੰ ਕੋਈ ਦਿੱਕਤ ਨਹੀਂ ਆਈ ਕਿਉਂਕਿ ਸਾਰਾ ਸਟਾਫ ਵਧੀਆ ਸੀ ਵਧੀਆ ਹੈ ਕੋਆਪਰੇਟਿਵ ਹੈ ਸਭ ਤੋਂ ਵੱਡੀ ਗੱਲ ਹੈ ਪਿਆਰ ਨਾਲ ਬੋਲਦੇ ਨੇ ਹਾਂਜੀ ਦੂਜਾ ਹੈਂਡਲ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਤੇ ਡਾਕਟਰ ਸਾਹਿਬ ਬਹੁਤ ਵਧੀਆ ਸੀਗੇ ਉਹਨਾਂ ਨੇ ਮੈਨੂੰ ਸਿੱਧੇ ਦੱਸ ਦਿੱਤਾ ਕਿ ਮਤਲਬ ਕਿ ਆਪਾਂ ਇਸ ਚੀਜ਼ ਨੂੰ ਆਪਾਂ ਜੜੋਂ ਖਤਮ ਕਰਨਾ ਜੇ ਜੜੋਂ ਖਤਮ ਕਰਨਾ ਤਾਂ ਇਸ ਦਾ ਇਲਾਜ ਸਿਰਫ ਮਤਲਬ ਕਿ ਦਵਾਈ ਤੋਂ ਪਹਿਲਾਂ ਵੀ ਦਵਾਈ ਜਾਂ ਆਪਰੇਸ਼ਨ ਤੋਂ ਬਾਅਦ ਵੀ
ਸਪੈਸ਼ਲੀ ਤੇ ਮੈਨੂੰ ਗਾਇਡ ਕੀਤਾ ਪੂਨਮ ਮੈਡਮ ਜੀ ਨੇ ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਮੈਨੂੰ ਸਾਰਾ ਦੱਸਿਆ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤੇ ਜੋ ਬਿਮਾਰੀਆਂ ਸੀ ਮੈਨੂੰ ਬਾਬਾ ਸੀ ਉਹ ਫੈਸਟੀਵਲਾ ਦੀ ਉਸ ਬਾਰੇ ਦੱਸਿਆ ਤੇ ਮੇਰੇ ਗਿਆਨ ਵਿੱਚ ਵਾਧਾ ਵੀ ਹੋਇਆ ਤੇ ਕੋਸ਼ਿਸ਼ ਕਰਾਂਗੇ ਕਿ ਮੈਂ ਅੱਗੇ ਵੀ ਕਿਸੇ ਨੂੰ ਦੱਸ ਸਕਾਂ ਤੇ ਇਸ ਹਸਪਤਾਲ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਾਂਗੇ। ਥੈਂਕ ਯੂ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ। ਧੰਨਵਾਦ। ਥੈਂਕ ਯੂ।